ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, the question is add 7x y plus 5yz minus 3zx, comma 4yz plus 9zx minus 4y, comma minus 3xz plus 5x minus 2xy. तो सानु तीन values दित्ती गई हैं, सानु add करना है। हुना values constant नहीं है गी, इदे नाल x, y, y, z, zx terms है गी है, ठीक है? हुन ऐसी एक example ना देखते हैं कि suppose सानु add करने को number दित्ते गए हुंदे कि 1, 2, 3 ਇਹਨਾਂ ਨੂੰ ਐਡ ਕਰੋ, ਠੀਕ ਹੈ? ਤਾਂ ਅਸੀਂ ਕਿਵੇਂ ਕਰਦੇ ਹਾਂ ਕਿ 1 plus 2 plus 3 ਹੈ ਨਾ, ਤੇ ਸਾਡਾ ਆਨਸਰ ਆ ਜਾਂਦਾ ਹੈ ਕਿ ਹੈ ਨਾ 6 ਆ ਗਿਆ। ਤਾਂ ਅਸੀਂ ਇਦਾਂ ਹੀ ਇਹਨਾਂ ਤਿੰਨਾਂ ਨੂੰ ਐਡ ਕਰਦੇ ਹਾਂ, ਠੀਕ ਹੈ? ਤਾਂ ਅਸੀਂ ਲਿਖ ਸਕਦੇ ਹਾਂ ਕਿ 7xy 7xy plus 5yz minus 3zx plus ਕਰਨਾ ਹੈ ਨਾ, ਤਿੰਨਾਂ ਨੂੰ plus ਪਾ ਦੂੰਗੇ, ਫਿਰ ਨੈਕਸਟ ਵੈਲਿਊ ਲਿਖ ਲੂੰਗੇ 4yz plus 9zx minus 4y, ठीक है? फिर प्लस करनी है अगली वैल्यू, तो अगली क्या है, माइनस 3xz प्लस 5x माइनस 2xy, ठीक है? हुन यानी कि सानू तीनों वैल्यूज ऐड करनी है, ठीक है? सब तो पहले से सॉल्व कर लूंगे कि प्लस ਨੂੰ ਜਦੋਂ ਅਸੀਂ ਮਾਈਨਸ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਮਾਈਨਸ ਹੋ ਜਾਂਦਾ ਹੈ ਨਾ, ਤਾਂ ਇਸ ਨੂੰ ਆਪਾਂ ਓਪਨ ਕਰਕੇ ਲਿਖ ਲੈਂਦੇ ਹਾਂ। ਪਹਿਲਾਂ 7xy plus 5yz minus 3zx plus 4yz plus 9zx minus 4y plus minus minus 3xz plus 5x minus 2xy, ਠੀਕ ਹੈ? ਹੁਣ ਸਾਨੂੰ ਇਹ ਸਾਰੇ ਟਰਮਸ ਐਡ ਕਰਨੀਆਂ ਨੇ, ਠੀਕ ਹੈ? ਤਾਂ ਅਸੀਂ ਸਭ ਤੋਂ ਪਹਿਲਾਂ ਇੱਕ ਚੀਜ਼ ਦੇਖਦੇ ਹਾਂ ਕਿ ਅਸੀਂ ਜਦੋਂ ਸਪੋਜ਼ ਕੋਈ ਟਰਮ ਹੈ ਕਿ ਐਕਸ ਵਾਈ ਵਾਲੀ ਟਰਮ ਹੈ, ਤਾਂ ਅਸੀਂ ਇਸਨੂੰ ਐਕਸ ਵਾਲੀ ਵਾਈ ਵਾਲੀ ਹੀ ਟਰਮ ਵਿੱਚ ਐਡ ਕਰੂੰਗੇ। ਜਿਵੇਂ ਹੈ 7xy, ਠੀਕ ਹੈ? ਤਾਂ ਅਸੀਂ ਇਸਨੂੰ ਕਿਹਦੇ ਵਿੱਚ ਐਡ ਕਰੂੰਗੇ, ਜਿਹਦੇ ਪਿੱਛੇ ਐਕਸ ਵਾਈ ਵਾਲੀ ਟਰਮ ਹੀ ਹੋਏਗੀ, ਠੀਕ ਹੈ? ਕਿ ਜਿਵੇਂ ਮਾਈਨਸ 2xy, ਤਾਂ ਆ ਤੇ ਆ, ਆ ਦੋਨੋਂ ਐਡ ਹੋਣਗੇ, ਠੀਕ ਹੈ? ਤੇ ਇਸੇ ਤਰ੍ਹਾਂ yz yz ਵਾਲੀ ਟਰਮ ਵਿੱਚ ਐਡ ਹੋਊਗਾ, ਠੀਕ ਹੈ? ਤੇ zx zx ਵਾਲੀ ਟਰਮ ਚ ਐਡ ਹੋਊਗਾ। ਤੇ ਜਿਵੇਂ ਇੱਥੇ zx ਹੈ, zx ਇੱਥੇ xz ਹੈ, ਤਾਂ ਸਾਡਾ ਜਿਹੜਾ zx ਹੁੰਦਾ ਤੇ xz ਹੁੰਦਾ ਹੈ, ਹੈ ਨਾ? ਇਹ ਦੋਨੋਂ ਕੀ ਹੁੰਦੇ ਆ, ਸੇਮ ਹੁੰਦੇ ਆ, ਠੀਕ ਹੈ? ਸੇਮ ਹੁੰਦੇ ਆ। ਤਾਂ ਅਸੀਂ ਇਸ ਨੂੰ ਸੋਲਵ ਕਰਦੇ ਹਾਂ ਹੁਣ, ਠੀਕ ਹੈ? ਤਾਂ ਸਭ ਤੋਂ ਪਹਿਲਾਂ ਅਸੀਂ ਇਹਨੂੰ ਐਡ ਕਰਦੇ ਹਾਂ 7xy ਨੂੰ xy ਵਾਲੀ ਟਰਮ ਵਿੱਚ ਹੀ ਐਡ ਕਰੂੰਗੇ, ਤਾਂ 7xy minus 2xy, ਤਾਂ ਇਹ ਕਿੰਨੇ ਹੋ ਜਾਏਗਾ, 5xy, ਹੈ ਨਾ? ਤਾਂ ਅਸੀਂ ਲਿਖ ਦੂੰਗੇ 5xy, ਠੀਕ ਹੈ? ਹੁਣ ਅੱਗੇ ਕੀ ਹੈ, yz ਵਾਲੀ ਟਰਮ ਹੈ, ਠੀਕ ਹੈ? ਤਾਂ yz ਵਾਲੀ ਟਰਮ ਹੈ, yz ਵਾਲੀ ਟਰਮ ਦੇਖਦੇ ਹਾਂ ਹੋਰ ਕਿਹੜੀ ਹੈ, 4yz ਹੈ, ਠੀਕ ਹੈ? ਤਾਂ 5yz plus 4yz, ਤਾਂ ਕਿੰਨਾ ਹੋ ਜਾਏਗਾ, plus the 9yz, ਹੈ ਨਾ? plus the 9yz, ਠੀਕ ਹੈ? ਅੱਗੇ ਹੈ minus 3zx, minus 3zx, ਹੁਣ zx ਵਾਲੀ ਟਰਮ ਇੱਕ ਆ ਹੈ, ਇੱਕ ਆ ਹੈ, xz ਤੇ zx ਇੱਕੋ ਗੱਲ ਹੈ, ਠੀਕ ਹੈ? ਤੇ minus 3zx plus 9zx ਕਿੰਨਾ ਹੋ ਗਿਆ, plus the 6zx, ਤੇ plus the 6zx minus 3xz ਕਿੰਨਾ ਹੋ ਜਾਏਗਾ, 3xz, ਹੈ ਨਾ? ਤਾਂ ਲਿਖ ਸਕਦੇ ਹਾਂ ਕਿ plus 3xz, ਠੀਕ ਹੈ? xz ਲਿਖ ਦੋ ਜਾਂ zx ਲਿਖ ਦੋ, ਇੱਕੋ ਗੱਲ ਹੈ, ਠੀਕ ਹੈ? ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਆ ਵਾਲੀ ਟਰਮ ਹੋ ਗਈ, ਆ ਵੀ ਹੋ ਗਿਆ, ਸਾਡੇ ਕੋਲ ਕੀ ਬਚਿਆ, minus 4y ਤੇ plus the 5x, ਠੀਕ ਹੈ? ਹੁਣ ਆ ਦੋਨੋਂ ਐਡ ਹੋ ਨਹੀਂ ਸਕਦੇ ਕਿਉਂਕਿ ਇਸ ਦੀ ਅਲੱਗ y ਅਲੱਗ ਟਰਮ ਹੈ ਤੇ ਇਸ ਦੀ ਅਲੱਗ ਟਰਮ ਹੈ, ਤਾਂ ਇਸ ਨੂੰ ਐਸ ਇਟ ਇਜ਼ ਲਿਖ ਦੋਗੇ, minus 4y plus 5z, ਠੀਕ ਹੈ? ਤਾਂ ਇਹੀ ਤਿੰਨਾਂ ਦਾ ਐਡ ਹੋ ਕੇ ਜਿਹੜਾ ਆਨਸਰ ਹੈ ਉਹ ਆ ਗਿਆ। ਇਹੀ ਸਾਨੂੰ ਫਾਈਂਡ ਕਰਨਾ ਸੀ, ਠੀਕ ਹੈ? ਤਾਂ ਇਹ ਸਾਡਾ ਆਨਸਰ ਹੈ। ਥੈਂਕ ਯੂ।